ਇੱਕ ਬਜ਼ੁਰਗ ਵਿਅਕਤੀ ਦੇ ਨਾਲ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜੋ ਕੁੱਟਮਾਰ ਕਰਨ ਵਾਲੇ ਸ਼ਖਸ ਨੇ ਇਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ। ਤਾਂ ਦੱਸ ਦਈਏ ਕਿ ਇੱਕ ਵੀਡੀਓ ਇਹ ਵਾਇਰਲ ਹੋ ਰਹੀ ਸੀ ਜਿਸ ਦੇ ਉੱਤੇ ਹੁਣ ਪੁਲਿਸ ਨੇ ਕਾਰਵਾਈ ਕੀਤੀ ਹੈ ਅਤੇ ਇਸ ਬਜ਼ੁਰਗ ਵਿਅਕਤੀ ਦੇ ਨਾਲ ਕੁੱਟਮਾਰ ਕਰਨ ਵਾਲੇ ਸ਼ਖਸਾਂ ਨੂੰ ਕਾਬੂ ਵੀ ਕਰ ਲਿਆ ਗਿਆ। ਤਾਂ ਇਹ ਵੀਡੀਓ ਗੁਰਦਾਸਪੁਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਮਾਮੂਲੀ ਗੱਲ ਨੂੰ ਲੈ ਕੇ ਪਹਿਲਾਂ ਤਾਂ ਇਸ ਬਜ਼ੁਰਗ ਵਿਅਕਤੀ ਦੇ ਨਾਲ ਕਹਾ ਸੁਣੀ ਹੁੰਦੀ ਹੈ। ਕਹਾ ਸੁਣੀ ਤੋਂ ਬਾਅਦ ਨੌਬਤ ਇਸ ਕਦਰ ਵੱਧ ਜਾਂਦੀ ਹੈ ਕਿ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ। ਹਾਲਾਂਕਿ ਇਸ ਹਮਲੇ ਦੇ ਵਿੱਚ ਜੋ ਇਹ ਬਜ਼ੁਰਗ ਵਿਅਕਤੀ ਹੈ ਕਾਫੀ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਅਤੇ ਇਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ। ਹਾਲਾਂਕਿ ਦੋ ਪਰਿਵਾਰਾਂ ਦੇ ਵਿਚਕਾਰ ਇਹ ਲੜਾਈ ਹੋਈ ਹੈ ਪਾਣੀ ਦੀ ਨਿਕਾਸੀ ਨੂੰ ਲੈ ਕੇ। ਕਿਹਾ ਜਾ ਰਿਹਾ ਕਿ ਦੋਵੇਂ ਪਰਿਵਾਰਾਂ ਦੇ ਵਿੱਚ ਪਹਿਲਾਂ ਬਹਿਸ ਹੁੰਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਲੜਾਈ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਤਾਂ ਗੁਰਦਾਸਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ। ਫਿਲਹਾਲ ਪੁਲਿਸ ਨੇ ਬਾਪ ਬੇਟੇ ਸਮੇਤ ਇੱਕ ਹੋਰ ਵਿਅਕਤੀ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ। ਮੈਂ ਇੱਥੇ ਆਪਣੇ ਘਰ ਰਹਿੰਦੀ ਹਾਂ, ਆ ਕੇ ਤੇ ਮੈਨੂੰ ਇੱਥੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਕਹਿੰਦਾ ਕਿ ਇੱਥੋਂ ਪਾਣੀ ਜਿਹੜਾ ਤੇਰਾ ਰਿੜ ਕੇ ਜਾਂਦਾ। 2 ਸਾਲ ਹੋ ਗਏ ਮੇਰੇ ਹਸਬੈਂਡ ਦਾ ਟ੍ਰਾਂਸਪਲਾਂਟ ਹੋਇਆ, ਮੈਂ ਆਪਣੀ ਕਿਡਨੀ ਡੋਨੇਟ ਕੀਤੀ ਆਪਣੇ ਹਸਬੈਂਡ ਨੂੰ। ਉਸ ਤੋਂ ਬਾਅਦ ਮੇਰੇ ਬ੍ਰੇਨ 'ਚ ਟਿਊਮਰ ਆਇਆ ਅਤੇ ਮੇਰਾ ਜਿਹੜਾ ਮੈਂਟਲੀ ਜਿਹੜਾ ਕਿ ਮੇਰਾ ਉਹ ਕੀ ਕਹਿੰਦੇ ਨੇ ਨਾੜਾਂ ਬਲੋਕ ਹੋ ਗਈਆਂ ਅਤੇ ਮੇਰੀ ਅੱਖਾਂ ਦੀ ਲਾਈਟ ਚਲੀ ਗਈ ਹੈ। ਪਹਿਲਾਂ ਮੈਂ ਆਪੇ ਕੰਮ ਕਰਦੀ ਸੀ, ਪਾਣੀ ਕੱਢ ਦਿੰਦੀ ਸੀ, ਹੁਣ ਮੇਰੇ ਕੋਲ ਪਾਣੀ ਨਹੀਂ ਨਿਕਲਦਾ ਅਤੇ ਮੈਂ ਕੰਮਾਂ ਵਾਲੀਆਂ ਲਾਈਆਂ, ਕੰਮਾਂ ਵਾਲੀਆਂ ਕਦੀ ਪਾਣੀ ਕੱਢ ਦਿੰਦੀਆਂ ਕਦੀ ਨਹੀਂ ਕੱਢਦੀਆਂ। ਮੈਨੂੰ ਕਹਿੰਦਾ ਤੇਰੇ ਕੋਲੋਂ ਹੁੰਦਾ ਠੀਕ ਹੈ, ਨਹੀਂ ਹੁੰਦਾ ਤੇ ਘਰ ਚੁੱਕ ਕੇ ਇੱਥੋਂ ਦੌੜ ਜਾ। ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਹਨੇ। ਮੈਂ ਘਰ ਚੁੱਕ ਕੇ ਮੈਂ ਕਿੱਥੇ ਦੌੜ ਜਾ, ਮੇਰੇ ਨਾਲ ਬੈਸੋ ਬੈਸੀ ਕੀਤੀ ਹੈ ਇਹਨੇ, ਬੜੀ ਬੋਲਿਆ ਬੜਾ ਵਾ। ਮੇਰੇ ਹਸਬੈਂਡ ਆਏ ਆ, ਮੇਰਾ ਮੁੰਡਾ ਆਇਆ ਵਾ ਦੁਕਾਨ ਤੋਂ, ਉਹਨਾਂ ਨੂੰ ਪਤਾ ਲੱਗਿਆ ਕਿ ਸਾਡੀ ਜਨਾਨੀ ਦੇ ਨਾਲ ਇਹਨੇ ਐਸਾ ਕੀਤਾ। ਉਹ ਦੁਕਾਨ ਤੋਂ ਆਇਆ ਇੱਥੇ ਖੜਾ ਸੀ, ਉਹਨਾਂ ਨੇ ਇਹਨੂੰ ਹੱਥ ਹੀ ਲਾਇਆ ਤੇ ਲੰਮੇ ਪੈ ਗਿਆ। ਕਹਿੰਦਾ ਆ ਕੇ ਤੇ ਮੈਨੂੰ ਮਾਰੋ, ਫਿਰ ਤੁਹਾਨੂੰ ਮੈਂ ਦੱਸਾਂਗਾ ਕਿ ਤੁਹਾਡਾ ਕੀ ਬਣਦਾ ਵਾ, ਆ ਕੇ ਤੇ ਮੈਨੂੰ ਮਾਰੋ, ਇਹ ਤੁਹਾਨੂੰ ਹੁਣ ਮੈਂ ਸਵਾਦ ਦੱਸਾਂਗਾ। ਇਹ ਕੁਛ ਇਹਨੇ ਸਾਡੇ ਨਾਲ ਕੀਤਾ ਹੈ। ਅਸੀਂ ਹਰਾਸ਼ਮੈਂਟ ਜਰਨ ਦੇ ਨਹੀਂ ਹੈਗੇ। ਮੇਰਾ ਹਸਬੈਂਡ ਘੰਟੇ ਘੰਟੇ ਬਾਅਦ ਦਵਾਈਆਂ ਖਾਂਦਾ, ਮੈਂ ਦਵਾਈਆਂ ਤੇ ਲੱਗੀ ਹੋਈ ਆ ਤੇ ਅਸੀਂ ਨਹੀਂ। ਆਪਣੇ ਮੁੰਡੇ ਦੇ ਬੁਲਾਉਂਦੇ ਨੀ, ਰੋਟੀ ਨਹੀਂ ਦਿੰਦੇ ਇਹਨੂੰ, ਇਹਨੂੰ ਨਾ ਬੁਲਾਉਂਦੇ ਨਾ ਖਵਾਉਂਦੇ। ਇੱਥੇ ਇਕੱਲਾ ਰਹਿੰਦਾ, ਸ਼ਦਾਈਆਂ ਵਾਂਗਰ ਫਿਰਦਾ, ਨਾ ਇਹਨੂੰ ਪੁੱਛਦੇ ਆ, ਇੱਥੇ ਇਕੱਲਾ ਹੀ ਰਹਿੰਦਾ। ਗਲੀ ਮਹੱਲੇ ਵਾਲੇ ਇਹਨੂੰ ਪਾਣੀ ਦਿੰਦੇ, ਗਲੀ ਮਹੱਲੇ ਵਾਲੇ ਸਾਡੇ ਕੋਲ ਮੰਗ ਮੰਗ ਚਾਹਵਾਂ ਪੀਂਦਾ, ਸਾਡੇ ਕੋਲ ਮੰਗ ਮੰਗ ਕੇ ਰੋਟੀ ਖਾਂਦਾ, ਪਾਣੀ ਪੀਂਦਾ, ਰੋਟੀ ਖਾਂਦਾ। ਇੱਥੇ ਇਹਨੂੰ ਉਹਦੇ ਆਪਣੇ ਮੁੰਨੂ ਪੁੱਤਰ ਕੋਈ ਨੀ ਪੁੱਛਦਾ, ਨਾ ਵੱਡਾ ਪੁੱਛਦਾ ਨਾ ਛੋਟਾ ਪੁੱਛਦਾ। ਵੱਡਾ ਛੋਟਾ ਮੁੰਡਾ ਤੇ ਬੜਾ ਕੁੱਟਦਾ ਜੇ। ਇੱਕ ਦਿਨ ਚੰਗੀ ਲੜਾਈ ਹੋਈ ਏ, ਉਹਨੇ ਛੋਟੇ ਨੇ ਫੜ ਕੇ ਚਪੇੜਾਂ ਮਾਰੀਆਂ ਤੇ ਛੋਟੀ ਅਜੇ ਵੀ ਇੱਥੇ ਪਈ ਏ। ਕਹਿੰਦਾ ਸੀ ਮੈਂ ਲੱਤਾਂ ਤੋੜ ਦੇ, ਮੇਰਾ ਆਦਮੀ ਗਿਆ ਛਡਾਉਣ, ਉਹਦੇ ਏਦਾਂ ਏਡਾ ਵੱਡਾ ਕੱਟ ਢਿੱਡ ਤੇ ਪ੍ਰਸ਼ਨ ਹੋਇਆ, ਉਹ ਫੇਰ ਵੀ ਇਹਨੂੰ ਜਫਾ ਮਾਰ ਕੇ ਤੇ ਇਹਨੂੰ ਅੰਕਲ ਨੂੰ ਲੈ ਗਏ ਅੰਦਰ ਕਿ ਤੈਨੂੰ ਤੂੰ ਅੰਦਰ ਚੱਲ, ਐਵੇਂ ਤੈਨੂੰ ਮਾਰ ਦੇਗਾ, ਸੱਟਾ ਮਾਰ ਦੇਗਾ ਤੇ ਕੀ ਲੈ ਗਏ ਅੰਦਰ ਤੇ ਮੁੰਡੇ ਕੋਲ ਬਚਾਇਆ। ਉਲਟਾ ਅੱਜ ਵੇਖੋ ਸਾਡੇ ਉੱਤੇ ਕੀ ਕੁਛ ਕਰਦਾ ਪਿਆ, ਉਲਟਾ ਸਾਡੇ ਤੇ ਹੀ ਸਾਨੂੰ ਜੁੱਤੀਆਂ ਮਾਰਨੀਆਂ ਸ਼ੁਰੂ ਕਰਤੀਆਂ। ਝੂਠਾ ਪਰਚਾ ਝੜਦਾ, ਤੁਹਾਡੀ ਕੀ ਸਰਕਾਰ ਤੋਂ ਮੰਗ? ਅਸੀਂ ਤੇ ਇਹ ਕਹਿੰਦੇ ਕਿ ਸਾਡਾ ਜਿਹੜਾ ਸਾਨੂੰ ਫਸਾਉਂਦਾ ਪਿਆ, ਅਸੀਂ ਇੰਨੀ ਹਰਾਸ਼ਮੈਂਟ ਨਹੀਂ ਝੜ ਸਕਦੇ ਹੈਗੇ, ਅਸੀਂ ਨਹੀਂ ਜਰਨ ਯੋਗ ਹੈਗੇ, ਨਾ ਅਸੀਂ ਇਹਨਾਂ ਕੰਜਰਖਾਨੇ ਚ ਅੱਜ ਤੱਕ ਦੀ ਪਏ ਹਾਂ ਗਲਤ ਗੱਲਾਂ ਚ। ਅੱਜ ਤੱਕ ਜੇ ਸਾਰੀ ਉਮਰ ਭਲਮਾਨਸੀ ਚ ਨਿਕਲ ਗਈ ਆ, ਕਦੀ ਗੱਲਬਾਤ ਇਹੋ ਜਿਹੀ ਕਦੀ ਨਾ ਮਾੜੀ ਕੀਤੀ ਨਾ ਕੁਛ। ਇਹਨੇ ਤੇ ਬਿਨਾਂ ਵਜ੍ਹਾ ਹੀ ਆ ਕੇ ਸਾਨੂੰ ਬਿਨਾਂ ਵਜ੍ਹਾ ਹੀ ਆ ਕੇ ਘਸੀਟ ਲਿੱਤਾ, ਆਪਣੇ ਪਾਗਲਪਨ ਚ ਸਾਨੂੰ ਘਸੀਟ ਲਿੱਤਾ। ਮੈਂ ਰੇਖ ਅੱਕੜ, DSP ਸ਼੍ਰੀ ਹਰਿਮੰਦਰ, ਮੇਰੇ ਨਾਲ ਨੇ ਸਰਦਾਰ ਬਲਵਿੰਦਰ ਸਿੰਘ, SHO ਕਾਦੀਆਂ। ਸਾਡਾ ਪ੍ਰਸ਼ਾਸਨ ਵੱਲੋਂ ਆਮ ਪਬਲਿਕ ਨੂੰ, ਕਿਸਾਨਾਂ ਨੂੰ,
ਜ਼ਿਮੀਦਾਰਾਂ ਨੂੰ ਇੱਕ ਸੰਦੇਸ਼ ਹੈ ਕਿ ਇਲੈਕਸ਼ਨ ਕੋਲ ਲੱਗਾ ਹੋਇਆ ਕਿ ਜਿਸ ਤਰ੍ਹਾਂ ਆਮ ਦੇਖਣ 'ਚ ਆਉਂਦਾ ਕਿ ਜਦੋਂ ਕਟਾਈ ਦਾ ਸੀਜ਼ਨ ਆਉਂਦਾ ਅਤੇ ਕਿਸਾਨ ਜਿਹੜੇ ਜ਼ਿਮੀਦਾਰ ਨੇ ਉਹ ਰਹਿੰਦ ਖੂੰਹਦ ਨੂੰ ਅੱਗ ਲਗਾਉਂਦੇ ਨੇ, ਸਟਬਲ ਬਰਨਿੰਗ ਹੁੰਦੀ ਹੈ। ਇਲੈਕਸ਼ਨ ਕੋਲ ਲੱਗਾ ਹੋਇਆ, ਸਭ ਨੂੰ ਮੇਰੀ ਸਖ਼ਤ ਹਦਾਇਤ ਹੈ ਕਿ ਕੋਈ ਵੀ ਇਹੋ ਜਿਹਾ ਕਾਰਵਾਈ ਨਹੀਂ ਕਰਨੀ, ਕੋਈ ਇਹੋ ਜਿਹਾ ਸਟਬਲ ਬਰਨਿੰਗ ਨਹੀਂ ਕਰਨੀ, ਪਰਾਲੀ ਨੂੰ ਅੱਗ ਨਹੀਂ ਲਾਉਣੀ, ਅਤੇ ਨਹੀਂ ਤਾਂ ਉਹਨਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨੀ ਸਾਨੂੰ ਮਜ਼ਬੂਰ ਹੋਣਾ ਪਏਗਾ। ਅਤੇ ਜਿਹੜਾ ਕੋਈ ਇਹੋ ਜਿਹਾ ਕੰਮ ਕਰੇਗਾ 100% ਉੱਤੇ ਬਣਦੀ ਕਾਰਵਾਈ ਹੋਏਗੀ, ਕਾਨੂੰਨੀ ਕਾਰਵਾਈ ਹੋਏਗੀ। ਅਤੇ ਕਿਰਪਾ ਕਰਕੇ ਇਹੋ ਜਿਹਾ ਕੰਮ ਨਹੀਂ ਕਰਨਾ ਅਤੇ ਵਾਤਾਵਰਨ ਸ਼ੁੱਧ ਰੱਖਣਾ। ਅਤੇ ਜਿਹੜੇ ਆ ਜਿਹਦੇ ਨਾਲ ਆਮ ਜਿਹੜੀਆਂ ਜਿੱਥੇ ਦੇਖਣ 'ਚ ਆਉਂਦਾ ਕਿ ਜਦੋਂ ਕੋਈ ਅੱਗ ਲਗਾਈ ਜਾਂਦੀ ਹੈ ਵਾਤਾਵਰਨ ਦੂਸ਼ਿਤ ਹੁੰਦਾ, ਲੋਕਾਂ 'ਚ ਬਿਮਾਰੀਆਂ ਫੈਲਦੀਆਂ ਨੇ। ਸਖ਼ਤ ਹਦਾਇਤਾਂ ਨੇ ਸਰਕਾਰ ਦੀਆਂ, ਇਲੈਕਸ਼ਨ ਕਮਿਸ਼ਨ ਦੀਆਂ, ਅਤੇ ਕੋਈ ਇਹੋ ਜਿਹੀ ਕਾਰਵਾਈ ਨਹੀਂ ਕਰਨੀ, ਕੋਈ ਸਟਬਲ ਬਰਨਿੰਗ ਨਹੀਂ ਕਰਨੀ, ਅਤੇ ਕੋਈ ਕਾਨੂੰਨ ਦੇ ਦਾਇਰੇ 'ਚ ਨਹੀਂ ਆਉਣਾ।